ਅੰਮ੍ਰਿਤਸਰ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਬਾਜ਼ਾਰ ਵਿੱਚ ਦੁਕਾਨ ਦੀ ਮਾਲਕੀਅਤ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਪੱਤਰਕਾਰਾਂ ਨੇ ਇਸ ਵਿਵਾਦ ਬਾਰੇ ਜਾਣਨਾ ਚਾਹਿਆ ਤਾਂ ਪਤਾ ਲੱਗਾ ਕਿ ਅੱਜ ਤੋਂ 70-80 ਸਾਲ ਪਹਿਲਾਂ ਇਹ ਦੁਕਾਨ ਦੋ ਭਾਈਵਾਲ ਮਨਜੀਤ ਸਿੰਘ ਤੇ ਮੇਜਰ ਸਿੰਘ ਗਿੱਲ ਨੇ ਰਲ ਕੇ ਕਿਰਾਏ ਤੇ ਦਿੱਤੀ ਸੀ ਅਤੇ 3 ਮਹੀਨੇ ਪਹਿਲਾਂ ਹੀ ਇੱਕ ਭਾਈਵਾਲ ਨੇ ਦੁਕਾਨ ਕਿਸੇ ਬੱਬੀ ਬੈਕਰੀ ਵਾਲੇ ਨੂੰ ਦੂਸਰੇ ਭਾਈਵਾਲ ਦੀ ਰਜਾਮੰਦੀ ਤੋਂ ਬਿਨਾਂ ਹੀ ਵੇਚਤੀ, ਜਿਸ ਤੋਂ ਕਿ ਇਹ ਸਾਰਾ ਵਿਵਾਦ ਸ਼ੁਰੂ ਹੋ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੂਸਰੇ ਭਾਈਵਾਲ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਦੁਕਾਨ ਉਹ 70-80 ਸਾਲ ਤੋਂ ਕਰ ਰਿਹਾ ਹੈ ਤੇ ਹੁਣ ਬੱਬੀ ਬੈਕਰੀ ਵਾਲਾ ਆ ਕੇ ਉਸਨੂੰ ਧਮਕੀਆਂ ਦੇ ਰਿਹਾ ਅਤੇ ਦੁਕਾਨ ਖਾਲੀ ਕਰਨ ਲਈ ਕਹਿੰਦਾ ਹੈ ਅਤੇ ਆਪਣੇ ਆਪ ਨੂੰ ਦੁਕਾਨ ਦਾ ਭਾਈਵਾਲ ਦੱਸਦਾ ਹੈ ਅਤੇ ਬੱਬੀ ਆਪਣੇ ਆਪ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵੀ ਖਾਸ ਦੱਸਦਾ ਹੈ ਅਤੇ ਮਨਜੀਤ ਸਿੰਘ ਨੇ ਮੀਡੀਆ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਨੂੰ ਉਸਦਾ ਬਣਦਾ ਹੱਕ ਦਿੱਤਾ ਜਾਵੇ। ਦੁਕਾਨ ਮੈਨੂੰ ਦੇ ਦੇ ਬੱਬਾ, ਬੱਬਾ ਬੇਕਰੀ ਵਾਲਾ ਦੁਕਾਨ ਤੇ ਕਬਜ਼ਾ ਕਰਨਾ ਚਾਹੁੰਦਾ, ਸਾਨੂੰ ਪਿਸਤੌਲ ਨਾਲ ਧਮਕੀਆਂ ਦਿੰਦਾ, ਆਪਣੇ ਆਪ ਨੂੰ ਬਿੱਲ ਵੀ ਨਹੀਂ ਦਿੱਤਾ ਸਾਡਾ 13,000 ਕੁਛ ਰੁਪਇਆ ਬਿੱਲ ਆ, ਕਹਿੰਦਾ ਜਾ ਜਿੱਥੇ ਮਰਜ਼ੀ ਚਲੇ ਜਾ, ਤੈਨੂੰ ਨਹੀਂ ਦੇਣਾ, ਤੈਨੂੰ ਮਾਰ ਦੇਵਾਂਗੇ, ਕਹਿੰਦਾ ਉੱਤੇ ਲਾ ਦੇਵਾਂਗੇ, ਕਹਿੰਦਾ ਤੈਨੂੰ ਨਹੀਂ ਦੇਣਾ। ਕਮਿਸ਼ਨ ਸਾਹਿਬ ਦੇ ਦਫ਼ਤਰ ਦੇ ਵਿੱਚ ਹੀ ਦਿਖਾ ਦਿੱਤੀ ਆ, ਲੇਕਿਨ ਸਾਡੀ ਕੋਈ ਸੁਣਾਈ ਨਹੀਂ ਹੋਈ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਮਹਾਰਾਜ, ਸਾਡੀ ਜਾਨ ਦੀ ਸੇਫਟੀ ਦੇਣੀ ਚਾਹੀਦੀ, ਮੈਨੂੰ ਖਤਰਾ ਜਾਨ ਦਾ। ਮਸਲਾ ਇਹਨਾਂ ਦਾ ਜੀ, ਇਹਨਾਂ ਨੇ ਦੁਕਾਨ ਦਿੱਤੀ ਸੀ ਕਿਸੇ ਨੂੰ ਭਾਈਵਾਲੀ ਤੇ ਲਿਖ ਕੇ, ਉਹ ਗਾਂ ਕਿਸੇ ਕੋਲ ਪੈਸੇ ਲੈ ਕੇ ਤੇ ਉਹਨੂੰ ਦੁਕਾਨ ਦੇ ਗਿਆ ਗਾਂ, ਤੇ ਉਹ ਉਹਨਾਂ ਨੂੰ ਆ ਕੇ ਤੰਗ ਕਰਦੇ ਆ, ਕਦੀ ਤਾਲਾ ਲਾ ਦਿੰਦੇ ਆ, ਕਦੀ ਕੁਛ ਕਰ ਦਿੰਦੇ ਆ, ਇਹ ਗਰੀਬ ਆਦਮੀ ਆ ਤੇ ਮਾੜੇ ਆਦਮੀ ਦੀ ਦੁਕਾਨ ਉਹਨੂੰ ਮਿਲਣੀ ਚਾਹੀਦੀ ਹੈ ਬਸ। ਇਹ ਘੱਟ ਤੋਂ ਘੱਟ ਨਹੀਂ ਜੀ, ਮੈਂ ਸਾਡੇ ਵਾਲ ਚਿੱਟੇ ਹੋ ਗਏ ਜੀ, ਉਸ ਤੋਂ ਪਹਿਲੇ ਤੇ ਇੱਥੇ ਹੈਗੇ ਆ, ਮੇਰੇ ਖਿਆਲ ਨਾਲ 60-70 ਸਾਲ ਹੋ ਗਏ ਆ, ਮੇਰੀ ਵੀ ਇਹੋ ਦੁਕਾਨ ਮੇਰੀ ਹੈ ਜੀ। ਹੈਂਜੀ ਧੱਕਾ ਜੀ, ਕੋਈ ਗਿੱਲ ਦਾ ਆਉਂਦਾ ਹੈਗਾ ਜੀ, ਮੈਜਰ ਗਿੱਲ ਸਾਹਿਬ ਦਾ, ਇਸ ਤਰ੍ਹਾਂ ਗੱਲ ਹੈਗੀ, ਤੇ ਨਾਲੇ ਕੋਈ ਬੈਕਰੀ ਬੁਕਰੀ ਵਾਲੇ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ। ਬਾਬਾ ਬਹੁਤ ਜ਼ਿਆਦਾ ਗਰੀਬ ਆਦਮੀ ਹੈ ਜੀ, ਮਾੜਾ ਆਦਮੀ ਆ, ਮਾੜੇ ਦੇ ਨਾਲ ਧਰੋਹ ਹੋ ਰਿਹਾ ਵਾ, ਅਸੀਂ ਕਹਾਂਗੇ ਸਾਰਾ ਮਹੱਲਾ ਇਹਦੇ ਨਾਲ ਹੈਗਾ, ਕੋਈ ਵੀ ਸਾਰਾ ਮਹੱਲਾ ਇਹਦੇ ਨਾਲ ਤੁਰੂਗਾ। ਅੰਮ੍ਰਿਤਸਰ ਤੋਂ ਹਨੀ ਮਹਿਰਾ ਤੇ ਸਨੀ ਸਹੋਤਾ, ਜੀਵੇ ਪੰਜਾਬ ਟੀਵੀ।